ਅੱਜ ਮੈਂ ਓਰੀਗੈਮੀ ਨਾਲ ਇਸ ਕਾਗਜ਼ ਤੋਂ ਇੱਕ ਦਿਲ ਬਣਾਵਾਂਗੀ। ਇੱਕ ਚੌਰਸ ਕਾਗਜ਼ ਨਾਲ ਸ਼ੁਰੂਆਤ ਕਰੋ ਅਤੇ ਉਸਨੂੰ ਇਸ ਤਰ੍ਹਾਂ ਅੱਧ ਵਿੱਚ ਫੋਲਡ ਕਰ ਲਵੋ। ਹੁਣ ਇਸਨੂੰ ਖੋਲ੍ਹੋ ਅਤੇ ਦੂਜੇ ਪਾਸੇ ਅੱਧ ਵਿਚਕਾਰ ਫੋਲਡ ਕਰ ਲਵੋ। ਹੁਣ ਉਸਦੇ ਇਸ ਇੱਕ ਸਿਰੇ ਨੂੰ ਲੈ ਕੇ ਪਹਿਲਾਂ ਬਣੀ ਹੋਈ ਕਰੀਜ਼ ਤੱਕ ਫੋਲਡ ਕਰੋ। ਕਾਗਜ਼ ਨੂੰ ਉਲਟਾ ਕਰ ਲਵੋ ਅਤੇ ਇਹਨਾਂ ਦੋ ਕੋਨਿਆਂ ਨੂੰ ਵਿਚਕਾਰ ਵਾਲੀ ਲਾਈਨ ਤੱਕ ਫੋਲਡ ਕਰੋ। ਹੁਣ ਕਾਗਜ਼ ਨੂੰ ਫਿਰ ਤੋਂ ਉਲਟਾ ਕਰ ਲਵੋ ਅਤੇ ਇਹਨਾਂ ਦੋ ਸਿਰਿਆਂ ਨੂੰ ਫਿਰ ਤੋਂ ਵਿਚਕਾਰ ਵਾਲੀ ਲਾਈਨ ਤੱਕ ਫੋਲਡ ਕਰੋ। ਹੁਣ ਇਹਨਾਂ ਦੋ ਕੋਨਿਆਂ ਨੂੰ ਇਸ ਬਿੰਦੂ ਤੱਕ ਫੋਲਡ ਕਰੋ। ਅਤੇ ਇਸ ਉੱਪਰ ਵਾਲੇ ਕੋਨੇ ਨੂੰ ਨੀਚੇ ਵਾਲੇ ਕੋਨੇ ਤੱਕ ਲੈ ਕੇ ਜਾਓ। ਇਹ ਦੋ ਕੋਨੇ ਥੋੜ੍ਹਾ ਉੱਪਰ ਉੱਠਣਗੇ ਇਸ ਕੋਨੇ ਨੂੰ ਲੈ ਕੇ। ਹੁਣ ਇਸ ਦੇ ਵਿੱਚ ਪਾਓ। ਹੁਣ ਇਹਨਾਂ ਕੋਨਿਆਂ ਨੂੰ ਇਸ ਤਰੀਕੇ ਨਾਲ ਫੋਲਡ ਕਰੋ ਤਾਂ ਕਿ ਇੱਥੇ ਇੱਕ ਤਿਕੋਣ ਬਣ ਜਾਵੇ। ਹੁਣ ਇਸ ਕੋਨ ਵਿਚਕਾਰ ਤੱਕ ਲੈ ਕੇ ਜਾਓ। ਅਤੇ ਉੱਪਰ ਵਾਲੇ ਕੋਨੇ ਨੂੰ ਫਿਰ ਤੋਂ ਫੋਲਡ ਕਰੋ। ਇਸ ਨੂੰ ਉਲਟਾ ਕਰੋ ਅਤੇ ਇਹ ਦਿਲ ਤਿਆਰ ਹੈ।